ਪਹਿਲਾਂ ਪੋਲ ਤਾਂ ਬਣਾਓ ਜਿੱਥੇ ਮਾਰਕੀਟਾਂ ਦੀਆਂ ਦੁਕਾਨਾਂ ਦੇ ਪੈਸੇ ਦੇ ਜਾਰੀ ਕਰਨ ਵਾਲੇ ਪਏ ਉਹ ਕੋਈ ਕੀਤਾ ਨਹੀਂ ਤੁਹਾਨੂੰ ਪੈਸੇ ਦੀ ਪਹਿਲਾਂ ਭੁੱਖ ਪੈ ਗਈ ਆ ਅਸੀਂ ਇਹਨਾਂ ਨੇ ਵਾਰਨਿੰਗ ਦਿੱਤੀ ਸੀ ਜਿੰਨਾ ਚਿਰ ਜਿਹੜੀ ਆ ਟੋਲ ਰੋਡ ਜਿਹੜੀਆਂ ਹੁਣ ਸਾਡੇ ਇੱਥੇ ਖੁੱਲੀਆਂ ਸਰ ਮਾਰਕੀਟ ਆ ਕਲਰ ਕਿਹੜਾ ਮਾਰਕੀਟ ਪਈ ਆ ਗਮਜਾਲ ਦੇ ਪੋਲ ਬਣਨ ਵਾਲੇ ਪਏ ਬੱਲੂਆਣੇ ਦੇ ਪੁਲ ਬਣਨ ਵਾਲੇ ਪਏ ਆ ਤੇ ਇਹਨਾਂ ਨੇ ਆਪਦਾ ਜਿਹੜਾ ਇਹ ਟੋਲ ਟੈਕਸ ਵਾਲਾ ਜਿਹੜਾ ਡੰਡਾ ਸ਼ੁਰੂ ਵੀ ਕਰਤਾ ਅਬੋਹਰ ਦਾ ਗਿੱਦੜਾਂ ਵਾਲੀ ਟੋਲ ਪਲਾਜ਼ਾ ਸ਼ੁਰੂ ਹੁੰਦੇ ਹੀ ਲੋਕਾਂ ਦੇ ਆਰਥਿਕ ਬੋਝ ਪੈਣਾ ਸ਼ੁਰੂ ਹੋ ਗਿਆ ਹੈ ਜਦਕਿ ਸੜਕਾਂ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਇਸ ਦੇ ਚੱਲਦਿਆਂ ਕਿਸਾਨ ਯੂਨੀਅਨ ਖੋਸਾ ਨੇ ਟੋਲ ਪਲਾਜ਼ਾ ਤੇ ਪਹੁੰਚ ਕੇ ਟੋਲ ਪਲਾਜ਼ਾ ਬੰਦ ਕਰਵਾ ਕੇ ਨਾਅਰੇਬਾਜ਼ੀ ਕੀਤੀ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸੜਕ ਪੂਰੀ ਨਹੀਂ ਹੁੰਦੀ ਉਹ ਟੋਲ ਪਲਾਜ਼ਾ ਨਹੀਂ ਚੱਲਣ ਦੇਣਗੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਹਿਲਾਂ ਪੋਲ ਤਾਂ ਬਣਾਓ ਜਿੱਥੇ ਮਾਰਕੀਟਾਂ ਦੀਆਂ ਦੁਕਾਨਾਂ ਦੇ ਪੈਸੇ ਦੇ ਜਾਰੀ ਕਰਨ ਵਾਲੇ ਪਏ ਆ ਉਹ ਕੋਈ ਕੀਤਾ ਨਹੀਂ ਤੁਹਾਨੂੰ ਪੈਸੇ ਦੀ ਪਹਿਲਾਂ ਭੁੱਖ ਪੈ ਗਈ ਆ ਅਸੀਂ ਇਹਨਾਂ ਨੇ ਵਾਰਨਿੰਗ ਦਿੱਤੀ ਸੀ ਜਿੰਨਾ ਚਿਰ ਜਿਹੜੀ ਆ ਟੋਲ ਰੋਡ ਜਿਹੜੀਆਂ ਹੁਣ ਸਾਡੇ ਇੱਥੇ ਖੁੱਲੀਆਂ ਸਰ ਮਾਰਕੀਟ ਆ ਕਲਰ ਕਿਹੜਾ ਮਾਰਕੀਟ ਪਈ ਆ ਗਮਜਾਲ ਦੇ ਪੋਲ ਬਣਨ ਵਾਲੇ ਪਏ ਬੱਲੂਆਣੇ ਦੇ ਪੁਲ ਬਣਨ ਵਾਲੇ ਪਏ ਆ ਤੇ ਇਹਨਾਂ ਨੇ ਆਪਦਾ ਜਿਹੜਾ ਇਹ ਟੋਲ ਟੈਕਸ ਵਾਲਾ ਜਿਹੜਾ ਡੰਡਾ ਸ਼ੁਰੂ ਵੀ ਕਰਤਾ ਸੋ ਅਸੀਂ ਹੁਣ ਅੰਦਰ ਜਾ ਕੇ ਗੱਲ ਕਰਦੇ ਮੈਨੇਜਰ ਸਾਹਿਬ ਨਾਲ ਜਿੰਨਾ ਟਾਈਮ ਤੱਕ ਜਿਹੜੀਆਂ ਸਾਡੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਦੇ ਉਹਨਾਂ ਚਿਰ ਤੱਕ ਇੱਥੇ ਇਹ ਟੋਲ ਨਹੀਂ ਚੱਲੂਗਾ ਰਾਮ ਸੁੰਦਰ ਜੀ ਕਿਹੜੀ ਸਾਈਡ ਤੋਂ ਜੀ ਖੁਈਆਂ ਸਰ ਕਿਸ ਤਰ੍ਹਾਂ ਦਾ ਸੀਗਾ ਟੋਲ ਪਲਾਜ਼ਾ ਜੀ ਆਹ ਦੇਖ ਰਹੇ ਹੋ ਤੁਸੀਂ ਖੁਈਆਂ ਸਾਰੀ ਸੜਕ ਕੰਪਲੀਟ ਕੋਣੀ ਕਲਰ ਖੇੜਾ ਨਹੀਂ ਹੈ ਕਲਰ ਖੇੜੇ ਤੋਂ ਅੱਗੇ ਗਮਜਾਲ ਜਾਂਦੇ ਰਹੋ ਸਾਰੀ ਉਹ ਪਈ ਹੈ ਕੰਪਲੀਟ ਹੋਵੇ ਫਿਰ ਸਾਨੂੰ ਕੋਈ ਦੁੱਖ ਨਹੀਂ ਵੀ ਲੱਗੇ ਕੋਈ ਹਰਜ਼ ਕੋਲ ਕਿੰਨਾ ਟੋਲ ਪਲਾਜ਼ਾ ਲਿੱਤਾ ਤੁਹਾਡੇ ਕੋਲ 85 ਰੁਪਏ ਜਾਂਦੀ ਵਾਰੀ ਲਿਆ 45 ਰੁਪਏ ਆਉਂਦੀ ਵਾਰੀ ਲਿਆ ਮੰਗ ਇਹੀ ਕਰਦੇ ਆ ਵੀ ਕੰਪਲੀਟ ਕਰੋ ਤੇ ਉਸ ਤੋਂ ਬਾਅਦ ਚਾਲੂ ਕਰੋ ਦੇਖੋ ਜਿਹੜਾ ਅਸੀਂ ਅੱਜ ਵਿਰੋਧ ਕੀਤਾ ਅਸੀਂ ਇਹਨਾਂ ਨੂੰ ਪੁੱਛਿਆ ਵੀ ਜਿਹੜਾ ਟੋਲ ਆ ਤੁਸੀਂ ਕੇਸ ਬੇਸ ਤੇ ਚਾਲੂ ਕੀਤਾ ਟੋਲ ਉਸ ਰੋਡ ਤੇ ਲੱਗਦਾ ਜਿਹੜੀ ਟੋਲ ਰੋਡ ਜਿਹੜੀ ਕੰਪਲੀਟ ਹੋਵੇ ਇਹ ਅਨਕੰਪਲੀਟ ਆ ਸਾਰੇ ਪਿੰਡ ਕਲਰ ਖੜਾ ਗੁੰਜਾਲ ਖੁਈਆਂ ਸਰਵਰ ਸਾਰੇ ਏਰੀਆ ਜਿਹੜਾ ਬਣਨ ਵਾਲਾ ਪਿਆ ਫਿਰ ਟੋਲ ਕਿਸ ਚੀਜ਼ ਦਾ ਉਹਨਾਂ ਦਾ ਜਵਾਬ ਇਹ ਸੀ ਜੀ ਜਿੰਨੀ ਜਿੰਨੀ ਸੜਕ ਬਣਦੀ ਜਾਂਦੀ ਹੈ ਉਹਨਾਂ ਉਹਨਾਂ ਟੋਲ ਲੈਂਦੇ ਜਾਵਾਂਗੇ ਜਦੋਂ ਕਿ ਬੋਰਡਾਂ ਦੇ ਉੱਤੇ ਬਕਾਇਦਾ ਉਹਦੀ ਲਿਖਣਾ ਹੁੰਦਾ ਵੀ ਅਸੀਂ ਕਿੰਨਾ ਟੋਲ ਲੈ ਰਹੇ ਹਾਂ ਕਿਸੇ ਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਕਿਸੇ ਦੇ 85 ਰੁਪਏ ਕੱਟ ਰਹੇ ਆ ਜੇ ਥੋੜਾ ਜਿਹਾ ਏਰੀਆ ਬਣ ਜੂਗਾ ਉਹ 100 ਹੋ ਜੂਗਾ ਫਿਰ ਥੋੜਾ ਜਿਹਾ ਹੋਰ ਬਣ ਗਿਆ ਫਿਰ 130 ਹੋ ਜਾਣਗੇ ਇਹ ਕੀ ਰੋਜ਼ ਰੋਜ਼ ਵਧਣਗੇ ਲੋਕਾਂ ਨੂੰ ਇਸ ਭਰਮ ਭੁਲੇਖੇ 'ਚ ਰੱਖਿਆ ਜਾਵੇ ਦੂਸਰੀ ਗੱਲ ਸਿਰਫ NHI ਨੂੰ ਕਿਸੇ ਵੀ ਇਨਸਾਨ ਨਾਲ ਇਨਸਾਨੀਅਤ ਨਾਤੇ ਇੱਕ ਵੀ ਪੈਸੇ ਦਾ ਦਰਦ ਨਹੀਂ ਹੈਗਾ ਸਿਰਫ ਪੈਸੇ ਨਾਲ ਮਤਲਬ ਆ ਇਹ ਜਿਹੜੇ ਮੁਲਾਜ਼ਮ ਆ ਵੀਰ ਤੁਹਾਨੂੰ ਮੈਂ ਦਿਖਾ ਰਿਹਾ ਜਿਹੜਾ ਵਰਦੀ ਪਾ ਕੇ ਖੜਾ ਇਹ ਦੇਖੋ ਧੁੱਪ ਦੇ ਵਿੱਚ ਕੜਕਦੀ ਧੁੱਪ 'ਚ ਵੇਖ ਕੋ ਗੱਡੀਆਂ ਰੋਕ ਕੇ ਟੋਲ ਕਟਾ ਰਿਹਾ ਕੀ ਇਹ ਇਨਸਾਨ ਨਹੀਂ ਗੇ ਇਹਨਾਂ ਦੇ ਕੋਈ ਸ਼ੈੱਡ ਨਹੀਂ ਇਹਨਾਂ ਦੇ ਟੋਲ ਕੰਪਲੀਟ ਨਹੀਂ ਹੋਏ ਇਹਨਾਂ ਨੂੰ ਕੋਈ ਛਾਂ ਦਾ ਪ੍ਰਬੰਧ ਨਹੀਂ ਇਹਨਾਂ ਨੂੰ ਕੋਈ ਪਾਣੀ ਦਾ ਪ੍ਰਬੰਧ ਨਹੀਂ ਤੇ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਕੀ ਕਸੂਰ ਹੈ ਇਹਨਾਂ ਮੁਲਾਜ਼ਮਾਂ ਦਾ ਜਿਨ੍ਹਾਂ ਨੂੰ ਦਿਹਾੜੀ ਦੇ ਲਿਆਂਦਾ ਇਹ ਅਸੀਂ ਕਹਿ ਰਹੇ ਹਾਂ ਵੀ ਟੋਲ ਲਓ ਪਹਿਲਾਂ ਰੋਡ ਕੰਪਲੀਟ ਕਰੋ ਸਾਰੀ ਕੰਪਲੀਟ ਕਰਕੇ ਉਸ ਤੋਂ ਬਾਅਦ ਇਹਦਾ ਅਗਲਾ ਹੱਲ ਕਰੋ ਜੀ ਉਧਰ ਵਾਹਨ ਚਾਲਕਾਂ ਨੇ ਕਿਹਾ ਕਿ ਸੜਕ ਅਜੇ ਤੱਕ ਪੂਰੀ ਨਹੀਂ ਹੋਈ ਤੇ ਟੋਲ ਕੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ ਚਾਰੋਂ ਮੈਨੇ ਮਲੋਟ ਜਾਣਾ ਹੈ ਇਹ ਕਾਂ ਦਾ ਟੋਲ ਟੈਕਸ ਹੈ ਗਿੱਦੜਾਂ ਵਾਲੀ ਦਾ ਟੋਲ ਟੈਕਸ ਹੈ ਅਭੀ ਰੋਡ ਇਨਕੀ ਬਣੀ ਨਹੀਂ ਹੈ ਪਿੱਛੇ ਇਹ ਟੋਲ ਟੈਕਸ ਕੱਟ ਲਿਆ ਇਹਨਾਂ ਨੇ ਮੈਂ ਸਰਵਿਸ ਕਰ ਰਹਾ ਹੂੰ ਸੜਕ ਬਣੇ ਆ ਫਿਰ ਤਾਂ ਟੋਲ ਟੈਕਸ ਲੈ ਸੜਕ ਬਣੇ ਨਹੀਂ ਪੁਲ ਬਣੇ ਨਹੀਂ ਹੈ ਟੋਲ ਟੈਕਸ ਕਿਸੇ ਕਾ ਕੱਟ ਰਹੇ ਹੈ ਇਹ 75 ਉਧਰ ਟੋਲ ਪਲਾਜ਼ਾ ਦੇ ਮੈਨੇਜਰ ਦਿਆ ਸ਼ੰਕਰ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਉੱਚੇ ਅਧਿਕਾਰੀਆਂ ਨਾਲ ਗੱਲ ਕਰ ਰਹੇ ਹਨ ਉਹਨਾਂ ਨੇ ਟੋਲ ਪਲਾਜ਼ਾ ਬੰਦ ਕਰਾਇਆ ਕਿਆ ਮਾਮਲਾ ਕਿਆ ਬੁਰਾ ਕਿਆ ਹੈ ਉਸੀ ਮਾਮਲੇ ਮੇਂ ਤੋ ਬਾਤ ਕਰ ਰਹੇ ਹੈ ਕਿਸਾਨੋਂ ਕਾ ਕਹਿਣਾ ਹੈ ਕਿ ਰੋਡ ਕੰਪਲੀਟ ਨਹੀਂ ਹੈ ਔਰ ਟੋਲ ਚਾਲੂ ਹੋ ਗਿਆ ਹੈ ਠੀਕ ਹੈ ਜੀ ਉਨਕੋ ਹਮ ਜੋ ਵੀ ਡਾਕੂਮੈਂਟਸ ਹੈ ਗਵਰਨਮੈਂਟ ਕੀ ਤਰਫ ਸੇ ਵੋ ਅਵੇਲੇਬਲ ਕਰਾ ਦੇ ਰਹੇ ਹੈ ਜੀ ਠੀਕ ਹੈ ਨਾ ਉਹ ਆਪਣੇ ਅਥਾਰਟੀ ਸੇ ਬਾਤ ਕਰੇਂਗੇ